ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵੇਰ ਦੀਆਂ ਮੁੱਖ ਖਬਰਾਂ ਦੇ ਵਿੱਚ ਆਓ ਅੱਜ ਦੀ ਵਾਰ ਗੱਲ ਕਰਦੇ ਹਾਂ ਪੰਜਾਬ ਤੇ ਦੁਨੀਆ ਦੀਆਂ ਮੁੱਖ ਵੱਡੀਆਂ ਖਬਰਾਂ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਪਹਿਲੀ ਵੱਡੀ ਖਬਰ ਹੈ ਕਿਸਾਨਾਂ ਦਾ ਨਵਾਂ ਐਲਾਨ ਹੁਣ ਪਿੰਡਾਂ ਦੇ ਵਿੱਚ ਨਹੀਂ ਬੜ ਸਕੇਗਾ ਬਿਜਲੀ ਵਿਭਾਗ ਤਾਂ ਦੋਸਤੋ ਕਿਸਾਨਾਂ ਦੇ ਅੰਦੋਲਨ ਨੂੰ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਅੰਦੋਲਨ ਦੇ ਵਿਚਾਲੇ ਹਰਿਆਣਾ ਦੇ ਪਿੰਡ ਸਮੈਨ ਦੇ ਕਿਸਾਨਾਂ ਨੇ ਇੱਕ ਵੱਡਾ ਐਲਾਨ ਕੀਤਾ ਹੈ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ ਉਦੋਂ ਤੱਕ ਕੋਈ ਵੀ ਬਿਜਲੀ ਵਿਭਾਗ ਦਾ ਕਰਮਚਾਰੀ ਚੈਕਿੰਗ ਜਾਂ ਸਾਪੇ ਮਾਰੀ ਦੇ ਲਈ ਪਿੰਡ ਦੇ ਵਿੱਚ ਨਾ ਬੜੇ ਤੇ ਨਾ ਹੀ ਆਪਣੇ ਜਾਨ ਮਾਲ ਦੇ ਜ਼ਿੰਮੇਵਾਰ ਉਹ ਖੁਦ ਹੋਵੇਗਾ ਅਗਲੀ ਖਬਰ ਹੈ ਮੋਦੀ ਸਰਕਾਰ ਦੇ ਲਈ ਨਵੀਂ ਮੁਸੀਬਤ ਹੁਣ ਦੇਸ਼ ਦੇ ਵਿੱਚ ਸੜਿਆ ਵਪਾਰੀਆਂ ਦਾ ਅੰਦੋਲਨ 5 ਮਾਰਚ ਤੋਂ 5 ਅਪ੍ਰੈਲ ਤੱਕ ਐਕਸ਼ਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਸ ਦੇ ਵੱਲੋਂ 26 ਫਰਵਰੀ ਦੇ ਭਾਰਤ ਬੰਦ ਦੀ ਕਾਮਯਾਬੀ ਤੋਂ ਬਾਅਦ ਹੁਣ ਕੈਟ ਨੇ ਜੀਐਸਟੀ ਅਤੇ ਈ ਕਮਰਸ ਦੇ ਮੁੱਦਿਆਂ ਉੱਤੇ ਆਉਂਦੀ 5 ਮਾਰਚ ਤੋਂ ਲੈ ਕੇ 5 ਅਪ੍ਰੈਲ ਤੱਕ ਦੇਸ਼ ਦੇ ਸਾਰੇ ਰਾਜਾਂ ਨੂੰ ਆਪਣੇ ਅੰਦੋਲਨ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ ਕੈਟ ਨੇ ਕਿਹਾ ਕਿ ਇਹ ਦੋਵੇਂ ਮੁੱਦੇ ਦੇਸ਼ ਦੇ 8 ਕਰੋੜ ਵਪਾਰੀਆਂ ਨਾਲ ਸਿੱਧਾ ਸਬੰਧ ਰੱਖਦੇ ਨੇ ਜਦੋਂ ਤੱਕ ਦੋਵੇਂ ਮੁੱਦਿਆਂ ਦਾ ਕੋਈ ਤਰਕਪੂਰਨ ਹੱਲ ਨਹੀਂ ਹੋ ਜਾਂਦਾ ਤਦ ਤੱਕ ਦੇਸ਼ ਦੇ ਵਿੱਚ ਵਪਾਰੀਆਂ ਦਾ ਇਹ ਅੰਦੋਲਨ ਜਾਰੀ ਰਹੇਗਾ ਇਸ ਵੇਲੇ ਦੇਸ਼ ਦੇ ਵਪਾਰੀ ਜੀਐਸਟੀ ਦੀਆਂ ਵਿਵਸਥਾਵਾਂ ਤੇ ਈ-ਕਮਰਸ ਵਿੱਚ ਵਿਦੇਸ਼ੀ ਕੰਪਨੀਆਂ ਦੀ ਲਗਾਤਾਰ ਮਨਮਰਜ਼ੀਆਂ ਕਾਰਨ ਡਾਡੇ ਦੁਖੀ ਨੇ ਹੁਣ ਜਾਂ ਤਾਂ ਉਹ ਆਪਣੀਆਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ ਜਾਂ ਫਿਰ ਆਪਣਾ ਵਪਾਰ ਬੰਦ ਕਰਨ ਦੇ ਲਈ ਮਜਬੂਰ ਹੋ ਜਾਣਗੇ ਅਗਲੀ ਖਬਰ ਹੈ ਕਰੋਨਾ ਦੇ ਖਤਰੇ ਕਾਰਨ ਸਕੂਲ ਕਾਲਜ ਤੇ ਕੋਚਿੰਗ ਸੈਂਟਰ ਬੰਦ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ कोरोना वायरस ਦੇ ਨਵੇਂ ਮਾਮਲਿਆਂ ਦੇ ਵਿੱਚ ਇੱਕ ਵਾਰ ਫੇਰ ਤੇਜ਼ੀ ਵੇਖੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਸ਼ਹਿਰਾਂ ਦੇ ਵਿੱਚ ਵੱਧਦੇ ਕੋਰੋਨਾ ਮਾਮਲਿਆਂ ਨੂੰ ਦੇਖਦਿਆਂ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੋਨੇ ਦੇ ਮੇਅਰ ਦੇ ਸ਼ਹਿਰ ਵਿੱਚ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਨੂੰ ਦੇਖਦੇ ਹੋਏ ਪਾਬੰਦੀਆਂ ਲਾ ਦਿੱਤੀਆਂ ਨੇ। ਸ਼ਹਿਰ ਦੇ ਵਿੱਚ 14 ਮਾਰਚ ਤੱਕ ਲਈ ਸਕੂਲ, ਕਾਲਜ ਤੇ ਨਿੱਜੀ ਕੋਚਿੰਗ ਸੈਂਟਰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਵੀ 14 ਮਾਰਚ ਤੱਕ ਵਧਾਇਆ ਗਿਆ ਹੈ। ਅਗਲੀ ਖਬਰਾਂ ਟਰੈਕਟਰਾਂ ਦੇ ਵਿੱਚ ਤੇਲ ਭਰ ਕੇ ਰੱਖਣ ਕਿਸਾਨ ਕਦੇ ਵੀ ਆ ਸਕਦੀ ਹੈ ਦਿੱਲੀ ਦੀ ਕਾਲ ਟਕੈਤ ਨੇ ਕੀਤਾ ਵੱਡਾ ਦਾਵਾ ਤਾਂ ਦੋਸਤੋ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਕੇਸ਼ ਟਕੈਤ ਨੇ ਖੇਤੀਬਾੜੀ ਕਾਨੂੰਨਾਂ ਦੇ ਸੋਧ ਨੂੰ ਲੈ ਕੇ ਕਿਹਾ ਕਿ ਅਸੀਂ ਸੋਧ ਨਹੀਂ ਚਾਹੁੰਦੇ ਕਾਨੂੰਨਾਂ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਸ਼ਾਮਲੀ ਦੀ ਮਹਾਪੰਚਾਇਤ ਦੇ ਵਿੱਚ ਕਿਸਾਨਾਂ ਨੂੰ ਕਿਹਾ ਕਿ ਉਹ ਆਪਣੇ ਟਰੈਕਟਰਾਂ ਦੇ ਵਿੱਚ ਤੇਲ ਭਰ ਲੈਣ ਤੇ ਦਿੱਲੀ ਦੀ ਕਾਲ ਕਦੇ ਵੀ ਆ ਸਕਦੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸੰਸਦ ਵਿਧਾਇਕ ਆਪਣੀ ਪੈਨਸ਼ਨ ਵੀ ਛੱਡ ਦੇਣ ਅਗਲੀ ਖਬਰ ਹੈ ਕਿਸਾਨਾਂ ਦੇ ਹੱਕ ਵਿੱਚ ਸਾਬਕਾ ਸੈਨਿਕਾਂ ਨੇ ਰਾਸ਼ਟਰਪਤੀ ਨੂੰ ਮੋੜੇ ਮੈਡਲ ਪੰਜਾਬ ਦੇ 380000 ਸਾਬਕਾ ਸੈਨਿਕਾਂ ਨੂੰ ਅਪੀਲ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਸੈਨਿਕ ਵਿੰਗ ਦੇ ਵੱਲੋਂ ਖੇਤੀ ਕਾਨੂੰਨਾ ਵਿਰੁੱਧ ਕਿਸਾਨਾਂ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਗਿਆ ਹੈ ਕੇਂਦਰ ਸਰਕਾਰ 26 ਜਨਵਰੀ ਤੱਕ ਕਿਸਾਨ ਸੰਘਰਸ਼ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਮਾਰਚ ਦੇ ਸਾਬਕਾ ਜਵਾਨਾਂ ਦੀਆਂ ਸਿਵਾਮਾ ਪ੍ਰਾਪਤ ਮੈਡਲ ਦੇਸ਼ ਦੇ ਰਾਸ਼ਟਰਪਤੀ ਨੂੰ ਵਾਪਸ ਕੀਤੇ ਜਾਣਗੇ ਅਗਲੀ ਖਬਰ ਹੈ ਅੰਬਾਨੀ ਦੇ ਘਰ ਨੇੜੇ ਬਰੂਦ ਲੈ ਜਾਣ ਵਾਲਿਆਂ ਨੂੰ ਲੱਭਣਾ ਔਖਾ ਪੁਲਿਸ ਨੂੰ ਹਾਲੇ ਤੱਕ ਨਹੀਂ ਮਿਲੀ ਕੋਈ ਸ਼ੂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਮੁਕੇਸ਼ ਅੰਬਾਨੀ ਦੇ ਘਰ ਕੋਲੋਂ ਮਿਲੇ ਵਿਸਫੋਟਕ ਪਦਾਰਥਾਂ ਦੇ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਤੱਤ ਸਾਹਮਣੇ ਆਇਆ ਹੈ ਮੁੰਬਈ ਪੁਲਿਸ ਦੇ ਸੂਤਰਾਂ ਮੁਤਾਬਕ ਜਿਹੜੇ ਵਿਅਕਤੀਆਂ ਨੇ ਅੰਬਾਨੀ ਦੇ ਘਰ ਲਾਗੇ ਜਲੇਟਨ ਦੀਆਂ ਤਮਾਕੀ ਖੇਜ ਸੜਾਂ ਛੱਡੀਆਂ ਨੇ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੰਦਿਆਂ ਮੋਬਾਈਲ ਫੋਨ ਨਹੀਂ ਵਰਤਿਆ ਸੀ ਮੁੰਬਈ ਪੁਲਿਸ ਨੇ ਮਲਜਮਾਂ ਦਾ ਪਤਾ ਲਾਉਣ ਦੇ ਲਈ ਉਸ ਇਲਾਕੇ ਦੇ ਤੜਕੇ ਕਰੀਬ 2:18 ਮਿੰਟ ਦੇ ਮੋਬਾਈਲ ਫੋਨਾਂ ਦਾ ਡੰਪ ਡਾਟਾ ਕੱਢਿਆ ਉਸ ਤੋਂ ਬਾਅਦ 3:05 ਮਿੰਟ ਤੇ ਮੁਲੰਡ ਟੋਲ ਨਾਕੇ ਦਾ ਡੰਪ ਡਾਟਾ ਕੱਢਿਆ ਪੁਲਿਸ ਦੇ ਮੁਤਾਬਕ ਸੀਸੀਟੀਵੀ ਫੁਟੇਜ ਦੇ ਅਨੁਸਾਰ ਇਨੋਵਾ ਕਾਰ 1:20 ਮਿੰਟ ਤੇ ਮੁਲੰਡ ਟੋਲ ਨਾਕੇ ਨੂੰ ਪਾਰ ਕਰਕੇ ਮੁੰਬਈ ਦੇ ਪ੍ਰਿਆਦਰਸ਼ਨੀ ਪਾਰਕ ਕੋਲ 1:40 ਮਿੰਟ ਤੇ ਆਉਂਦੀ ਹੈ ਜਿੱਥੇ ਉਸਦੀ ਡੀਕ ਸਕੋਰਪੀਓ ਗੱਡੀ ਵਾਲਾ ਕਰ ਰਿਹਾ ਸੀ ਇਸ ਤੋਂ ਬਾਅਦ ਨੋਵਾ ਗੱਡੀ ਅੱਗੇ ਚੱਲੀ ਤੇ ਸਕੋਰਪੀਓ ਪਿੱਛੇ ਚਲਦੀ ਗਈ ਤੇ ਉਹ ਅਮਬਾਨੀ ਦੇ ਘਰ ਲੱਗ ਕੇ ਪੁੱਜਦੀਆਂ ਨੇ ਪੁਲਿਸ ਨੇ ਹੁਣ ਤੱਕ 2000 ਤੋਂ ਵੱਧ ਮੋਬਾਈਲ ਫੋਨਾਂ ਦੀ ਜਾਂਚ ਕਰ ਚੁੱਕੀ ਹੈ ਅਗਲੀ ਖਬਰ ਹੈ ਪੰਜਾਬ ਦੇ ਸਕੂਲਾਂ ਦੇ ਵਿੱਚ ਕਰੋਨਾ ਦਾ ਕਹਿਰ 200 ਤੋਂ ਵੱਧ ਅਧਿਆਪਕ ਅਤੇ ਵਿਦਿਆਰਥੀ ਪੋਜ਼ੀਟਿਵ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਕਰੋਨਾ ਲਾਕਡਾਊਨ ਦੇ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਚ ਲਗਾਤਾਰ ਟਿੱਲ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਹੁਣ ਦੁਬਾਰਾ ਕਰੋਨਾ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਇਜ਼ਾਫਾ ਹੋਣ ਲੱਗਾ ਹੈ ਹੁਣ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੇ ਜਾਣਾ ਸ਼ੁਰੂ ਕਰ ਦਿੱਤਾ ਸੀ ਇੰਨਾ ਹੀ ਨਹੀਂ ਸਗੋਂ ਅਗਲੇ ਮਹੀਨੇ ਤੋਂ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋਣੀਆਂ ਸੀ ਇਸ ਦੇ ਦਰਮਿਆਨ ਪਿਛਲੇ 6 ਦਿਨਾਂ ਦੇ ਵਿੱਚ 200 ਤੋਂ ਨਵੇਂ ਕਰੋਨਾ ਕੇਸ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਜੁੜੇ ਨੇ ਇਸ ਦੇ ਨਾਲ ਹੀ 7 ਜਨਵਰੀ ਤੋਂ ਰਾਜ ਦੇ ਵੱਖ-ਵੱਖ ਸਕੂਲਾਂ ਨਾਲ ਸੰਬੰਧਿਤ 923 ਮਾਮਲੇ ਸਾਹਮਣੇ ਆਏ ਨੇ ਇਸ ਤੋਂ ਪਹਿਲਾਂ 22 ਤੋਂ ਲੈ ਕੇ 27 ਫਰਵਰੀ ਤੱਕ 195 ਕੇਸਾਂ 'ਚੋਂ 152 ਵਿਦਿਆਰਥੀ ਤੇ 48 ਅਧਿਆਪਕ ਸ਼ਾਮਲ ਨੇ ਅਗਲੀ ਖਬਰ ਹੈ NHAI ਨੇ 18 ਘੰਟਿਆਂ 'ਚ ਬਣਾ ਦਿੱਤੀ 25.54 ਕਿਲੋਮੀਟਰ ਲੰਬੀ ਸੜਕ ਲਿਮਕਾ ਬੁੱਕ ਦੇ ਵਿੱਚ ਰਿਕਾਰਡ ਹੋਇਆ ਦਰਜ ਤਾਂ ਦੋਸਤੋ ਨੈਸ਼ਨਲ ਹਾਈਵੇ ਅਥਾਰਟੀ ਨੇ ਰਿਕਾਰਡ ਸਮੇਂ ਵਿੱਚ 25.54 ਕਿਲੋਮੀਟਰ ਸਿੰਗਲ ਸੜਕ ਦਾ ਨਿਰਮਾਣ ਕਰਕੇ ਲਿਮਕਾ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਦਰਜ ਕੀਤਾ ਹੈ ਕੇਂਦਰੀ ਟ੍ਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਚਾਰ ਲਾਈਨ ਹਾਈਵੇ ਦਾ ਇੱਕ ਸੜਕ ਸਿਰਫ 18 ਘੰਟਿਆਂ ਵਿੱਚ ਮੁਕੰਮਲ ਹੋ ਗਈ ਹੈ ਅਗਲੀ ਖਬਰ ਹੈ ਰੇਲੀ ਦੇ ਵਿੱਚ ਲੱਖਾ ਸੁਧਾਨਾ ਕਿਉਂ ਨਹੀਂ ਹੋਇਆ ਗ੍ਰਿਫਤਾਰ ਬਠਿੰਡਾ ਪੁਲਿਸ ਨੇ ਦੱਸੀ ਵਜ੍ਹਾ ਤਾਂ ਦੋਸਤੋ ਬਠਿੰਡਾ ਦੇ ਪਿੰਡ ਮਹਾਰਾਜ ਦੇ ਵਿੱਚ ਲੱਖਾ ਸੁਧਾਨਾ ਵੱਲੋਂ ਕੀਤੀ ਰੈਲੀ ਦੇ ਵਿੱਚ ਲੱਖਾ ਸੁਧਾਨਾ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ ਇਸ ਬਾਰੇ ਸਾਰਾ ਪੰਜਾਬ ਹੀ ਨਹੀਂ ਸਾਰਾ ਦੇਸ਼ ਜਾਣਨਾ ਚਾਹੁੰਦਾ SSP ਬਠਿੰਡਾ ਭਪਿੰਦਰਜੀਤ ਸਿੰਘ ਤੋਂ ਜ਼ਿਆਦਾ ਇਹ ਇਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਦਿੱਲੀ ਪੁਲਿਸ ਵੱਲੋਂ ਸਾਨੂੰ ਲਿਖਤੀ ਰੂਪ ਦੇ ਵਿੱਚ ਕੋਈ ਇਤਲਾਹ ਨਹੀਂ ਸੀ ਜਦੋਂ ਤੱਕ ਸਾਡੇ ਕੋਲ ਕੋਈ ਲਿਖਤੀ ਜਾਣਕਾਰੀ ਨਹੀਂ ਆਉਂਦੀ ਉਦੋਂ ਤੱਕ ਅਸੀਂ ਕਿਸੇ ਨੂੰ ਗ੍ਰਿਫਤਾਰ ਨਹੀਂ ਕਰ ਸਕਦੇ ਅਗਲੀ ਖਬਰ ਹੈ ਸਿਰਫ 4062 ਦੀ ਦਰ ਤੇ ਮਿਲੇਗਾ ਸੋਨਾ ਪਹਿਲੀ ਮਾਰਚ ਤੋਂ ਖਰੀਦਣ ਦਾ ਮੌਕਾ ਤਾਂ ਦੋਸਤੋ ਸਵਰੇਨ 골ਡ ਸਕੀਮ 2020 ਅਤੇ 21 ਦੀ 12ਵੀਂ ਸੀਰੀਜ਼ ਸਬਸਕ੍ਰਿਪਸ਼ਨ ਖੁੱਲਣ ਜਾ ਰਹੀ ਹੈ ਇਸ ਸੀਰੀਜ਼ ਦੇ ਵਿੱਚ 1 ਮਾਰਚ ਤੋਂ 5 ਮਾਰਚ ਤੱਕ ਸਬਸਕ੍ਰਿਪਸ਼ਨ ਦੇ ਲਈ ਖੋਲੀ ਜਾਵੇਗੀ ਇਸ ਸਕੀਮ ਦੇ ਤਹਿਤ ਤੁਹਾਡੇ ਕੋਲ ਬਾਜ਼ਾਰ ਤੋਂ ਘੱਟ ਰੇਟ ਦੇ ਵਿੱਚ ਸੋਨਾ ਖਰੀਦਣ ਦਾ ਮੌਕਾ ਐ ਐਸਜੀਵੀ ਸਕੀਮ ਦੇ ਵਿੱਚ ਲੜੀ 1 ਗ੍ਰਾਮ ਸੋਨੇ ਦੀ ਕੀਮਤ 4462 ਰੁਪਏ ਤੈਅ ਕੀਤੀ ਗਈ ਹੈ ਵਿੱਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਸੀ ਅਗਲੀ ਖਬਰ ਹੈ ਭਾਰਤ ਦੇ ਵਿੱਚ ਕੱਲ ਤੋਂ ਨਵੇਂ ਨਿਯਮ ਲਾਗੂ ਜਾਣੋ ਕੀ ਹੋਣਗੀਆਂ ਅਹਿਮ ਤਬਦੀਲੀਆਂ ਦੋਸਤੋ ਤੁਹਾਨੂੰ ਦੱਸ ਦਈਏ ਕਿ 1 ਮਾਰਚ ਯਾਨੀ ਕਿ ਅੱਜ ਤੋਂ ਦੇਸ਼ ਦੇ ਵਿੱਚ ਕੁਝ ਅਹਿਮ ਤਬਦੀਲੀਆਂ ਹੋਣ ਜਾ ਰਹੀਆਂ ਨੇ ਆਮ ਲੋਕਾਂ ਦੇ ਨਾਲ ਸੰਬੰਧਤ ਇਹਨਾਂ ਤਬਦੀਲੀਆਂ ਦੇ ਵਿੱਚ ਬੈਂਕਿੰਗ ਸਿਹਤ ਅਤੇ ਸਿੱਖਿਆ ਖੇਤਰ ਨਾਲ ਸੰਬੰਧਤ ਨੇ ਬੀਜਾ ਬੈਂਕ ਅਤੇ ਦਿਨਾ ਬੈਂਕ ਦੇ ਪੁਰਾਣੇ ਆਈ ਐਫ ਐਸ ਸੀ ਕੋਡ 1 ਮਾਰਚ ਯਾਨੀ ਅੱਜ 2021 ਤੋਂ ਕੰਮ ਨਹੀਂ ਕਰਨਗੇ 1 ਮਾਰਚ ਤੋਂ ਗਾਕਾਂ ਦੇ ਲਈ ਨਵਾਂ ਆਈ ਐਫ ਐਸ ਸੀ ਕੋਡ ਵਰਤਣਾ ਹੋਵੇਗਾ ਹੁਣ ਇਹ ਬੈਂਕ ਆਫ ਬੜੋਦਾ ਵੀ ਬਣ ਚੁੱਕਿਆ ਹੈ ਕਿਉਂਕਿ ਬੀਜੇਫ ਬੈਂਕ ਅਤੇ ਦਿਨਾ ਬੈਂਕ ਦੋਵੇਂ ਹੀ ਉਸ ਵਿੱਚ ਰਲਾ ਦਿੱਤੇ ਗਏ ਨੇ ਤੇ ਇਹ ਰਲੇਮਾ 1 ਅਪ੍ਰੈਲ 2019 ਤੋਂ ਲੱਗ ਰਿਹਾ ਹੈ ਆਮਦਨ ਟੈਕਸ ਵਿਭਾਗ ਨੇ ਵਿਵਾਦ ਹੱਲ ਕਰਨ ਦੀ ਯੋਜਨਾ ਵਿੱਚ ਵਿਵਾਦ ਤੋਂ ਵਿਸ਼ਵਾਸ ਅਧੀਨ ਬੇਰਬੇ ਦੇਣ ਦਾ ਸਮਾਂ ਸੀਮਾ ਵਧਾ ਕੇ 31 ਮਾਰਚ ਅਤੇ ਭੁਗਤਾਨ ਦੇ ਲਈ 30 April ਤੱਕ ਕਰ ਦਿੱਤਾ ਹੈ ਤੇ ਦੂਜੇ ਪਾਸੇ 1 ਮਾਰਚ ਤੋਂ ਸਿਹਤ ਖੇਤਰਾਂ ਦੇ ਵਿੱਚ ਅਹਿਮ ਨਿਯਮ ਵੀ ਲਾਗੂ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ 45 ਸਾਲਾਂ ਤੋਂ ਵੱਧ ਉਮਰ ਦੇ ਵਿਅਕਤੀਆਂ ਦਾ ਫ੍ਰੀ ਇਲਾਜ ਕੀਤਾ ਜਾਵੇਗਾ ਅਗਲੀ ਖਬਰ ਹੈ 100 ਰੁਪਏ ਬਿਕੇਗਾ ਦੁੱਧ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਖਾ ਪੰਚਾਇਤਾਂ ਨੇ ਕੀਤਾ ਐਲਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਖਾ ਪੰਚਾਇਤਾਂ ਨੇ ਖੇਤੀ ਕਾਨੂੰਨਾਂ ਤੇ પેટ્રોલੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਖਿਲਾਫ ਦੁੱਧ ਦਾ ਮੁੱਲ ਵਧਾਉਣ ਦਾ ਫੈਸਲਾ ਕੀਤਾ ਪੰਚਾਇਤਾਂ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਨੇ ਦੁੱਧ 100 ਰੁਪਏ ਲੀਟਰ ਪ੍ਰਤੀ ਲੀਟਰ ਦੇਣ ਦਾ ਫੈਸਲਾ ਕੀਤਾ ਉਹਨਾਂ ਨੇ ਡੈਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਸਹਿਕਾਰੀ ਸੁਸਾਇਟੀਆਂ ਨੂੰ ਇਸੇ ਮੁੱਲ ਦੇ ਵਿੱਚ ਦੁੱਧ ਵੇਚਣ ਅਗਲੀ ਖਬਰ ਖੇਤੀ ਕਾਨੂੰਨ ਵਾਪਸ ਹੋਣ ਤੱਕ ਅੰਦੋਲਨ ਰਹੇਗਾ ਜਾਰੀ ਰਕੇਸ਼ ਟਕੈਤ ਤਦੋਸਤੋ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਕੇਸ਼ ਟਕੈਤ ਨੇ ਕਿਹਾ ਕਿ ਜਦੋਂ ਤੱਕ ਐਮਐਸਪੀ ਤੇ ਕਾਨੂੰਨ ਨਹੀਂ ਬਣੇਗਾ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ ਉਦੋਂ ਤੱਕ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਅਗਲੀ ਖਬਰ ਪੇਪਰ ਲੀਕ ਹੋਣ ਤੋਂ ਬਾਅਦ ਫੌਜ ਨੇ ਭਾਰਤੀ ਪ੍ਰੀਖਿਆ ਰੱਦ ਕੀਤੀ ਤਾਂ ਦੋਸਤੋ ਪੇਪਰ ਲੀਕ ਹੋਣ ਤੋਂ ਬਾਅਦ ਥਾਲ ਸੈਨਾ ਦੇ ਜਨਰਲ ਡਿਊਟੀ ਮੁਲਾਜ਼ਮਾਂ ਦੀ ਭਰਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਪੂਨੇ ਵਿਖੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਪੂਨੇ ਵਿਖੇ ਸਥਾਨਕ ਪੁਲਿਸ ਨਾਲ ਸਾਂਝੀ ਕਾਰਵਾਈ ਦੌਰਾਨ ਗ੍ਰੋਹ ਦਾ ਪਰਦਾ ਫਾਸ਼ ਹੋਇਆ ਅਗਲੀ ਖਬਰ ਹੈ ਦੇਸ਼ ਦੇ ਵਿੱਚ ਕਰੋਨਾ ਦੇ 16752 ਨਵੇਂ ਮਾਮਲੇ 113 ਮੌਤਾਂ ਦੇ ਪੰਜਾਬ ਦੇ ਵਿੱਚ 11 ਗਈਆਂ ਜਾਨਾਂ ਤਾਂ ਦੋਸਤੋ ਪਿਛਲੇ ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ 16752 ਨਵੇਂ ਕਰੋਨਾ ਦੇ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਕੋਵਿਡ-19 ਪੀੜਤਾਂ ਦੀ ਕੁੱਲ ਗਿਣਤੀ 1 ਕਰੋੜ 10 ਲੱਖ 96731 ਹੋ ਗਈ ਹੈ। ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਅਨੁਸਾਰ 113 ਹੋਰ ਕਰੋਨਾ ਪੀੜਤ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 15751 ਤੱਕ ਪੁੱਜ ਗਈ ਹੈ। ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਦੌਰਾਨ 11 ਜਾਨਾਂ ਵੀ ਜਾ ਚੁੱਕੀਆਂ ਨੇ ਅਗਲੀ ਖਬਰ ਹੈ ਖੜਿਆਉਣੇ ਬਣਾਉਣ ਦਾ ਪਲਾਸਟਿਕ ਦੀ ਘੱਟ ਵਰਤ ਹੋਵੇ ਮੋਦੀ ਤਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਖੜਿਆਉਣੇ ਬਣਾਉਣ ਵਾਲੀਆਂ ਸਨਾਤਾ ਨੂੰ ਕਿਹਾ ਕਿ ਖੜਿਆਉਣਿਆਂ ਦੇ ਵਿੱਚ ਪਲਾਸਟਿਕ ਦੀ ਘੱਟ ਵਰਤੋਂ ਕਰਨ ਇੰਡੀਆ ਟਵਾਈ ਮੇਲਾ 2021 ਦੇ ਉਦਘਾਟਨ ਮੰਗਰੋ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੇ ਵਿੱਚ ਖੜਿਆਉਣੇ ਬਣਾਉਣ ਦੇ ਵਿੱਚ ਕੱਚੇ ਮਾਲ ਦੀ ਵਰਤੋਂ ਤੇ ਜ਼ੋਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਰੀਸਾਈਕਲ ਕੀਤਾ ਜਾ ਸਕੇ ਉਹਨਾਂ ਨੇ ਇਹ ਵੀ ਕਿਹਾ ਕਿ ਮੁਲਕ ਦੇ ਵਿੱਚ ਖੜਾਉਣੇ ਬਣਾਉਣ ਵਾਲਿਆਂ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਿਹੇ ਖੜਾਉਣੇ ਤਿਆਰ ਕਰਨ ਜੋ ਵਾਤਾਵਰਣ ਅਤੇ ਦਿਮਾਗੀ ਤੌਰ ਤੇ ਬਿਹਤਰ ਹੋਣ ਅਗਲੀ ਖਬਰ ਹੈ ਰਿਤਿਕ ਰੌਸ਼ਨ ਨੇ ਕੰਗਣਾ ਦੇ ਖਿਲਾਫ ਬਿਆਨ ਕਰਾਏ ਦਰਜ ਤਾ ਦੋਸਤੋ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਨੇ ਅਦਾਕਾਰ ਕੰਗਣਾ ਰਣੌਤ ਖਿਲਾਫ ਚੱਲ ਰਹੇ ਇੱਕ ਕੇਸ ਦੇ ਸਬੰਧ ਵਿੱਚ ਇੱਥੇ ਅਪਰਾਧ ਸਾਕਾ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਸੋਸ਼ਲ ਮੀਡੀਆ ਤੇ ਸਾਂਝੀਆਂ ਵੀਡੀਓਜ਼ ਦੇ ਵਿੱਚ ਰਿਤਿਕ ਰੌਸ਼ਨ ਨੇ ਆਪਣੀ ਗੱਡੀ 'ਚੋਂ ਉੱਤਰ ਕੇ ਬਿਆਨ ਦਰਜ ਕਰਵਾਉਣ ਦੇ ਲਈ ਅਪਰਾਧ ਸਾਕਾ ਦੇ ਦਫ਼ਤਰ ਵੱਲ ਜਾਂਦਾ ਵਿਖਾਈ ਦਿੱਤਾ ਸੀ ਅਗਲੀ ਖਬਰ ਹੈ ਤੇਲ ਦੀਆਂ ਮੁੜ ਵਧੀਆਂ ਕੀਮਤਾਂ ਤਾਂ ਦੋਸਤੋ 3 ਦਿਨਾਂ ਦੇ ਅੰਤਰਾਲ ਮਗਰੋਂ ਦੇਸ਼ ਦੇ ਵਿੱਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਮੁੜ ਵਾਧਾ ਹੋਇਆ ਹੈ ਪੈਟਰੋਲ ਪੰਪਾਂ ਤੇ ਪੈਟਰੋਲ ਦੇ ਰੇਟ ਵਿੱਚ 24 ਪੈਸੇ ਜਦਕਿ ਡੀਜ਼ਲ ਦੇ ਰੇਟ ਵਿੱਚ 15 ਪੈਸੇ ਦਾ ਇਜ਼ਾਫਾ ਹੋਇਆ ਹੈ। ਅਗਲੀ ਖਬਰ ਹੈ, ਕਮੰਤਰੀ ਉਡਾਨਾਂ ਤੇ ਪਾਬੰਦੀ 31 ਮਾਰਚ ਤੱਕ ਵਧਾਈ। ਤਾਂ ਦੋਸਤੋ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਫਰਵਰੀ ਮਹੀਨੇ ਸੰਬੰਧੀ ਜਾਰੀ ਕੋਵਿਡ ਗਾਈਡਲਾਈਨ ਦੇ ਵਿੱਚ ਮਾਰਚ ਮਹੀਨੇ ਦੇ ਲਈ ਵੀ ਜਾਰੀ ਰੱਖਣ ਦੇ ਫੈਸਲੇ ਨੂੰ ਧਿਆਨ ਵਿੱਚ ਰੱਖਦੇ ਹਾਂ ਡਾਇਰੈਕਟੋਰੇਟ ਜਰਨਲ ਆਫ ਸਿਵਲ ਐਵੀਏਸ਼ਨ ਨੇ ਤਜ਼ਵੀਤ ਆਸਟ੍ਰੇ ਆਂਤਰਰਾਸ਼ਟਰੀ ਵਪਾਰਕ ਉਡਾਨਾਂ ਤੇ 31 ਮਾਰਚ ਤੱਕ ਪਾਬੰਦੀ ਵਧਾਉਣ ਦਾ ਨਿਰਣੈ ਲਿਆ ਹੈ ਡੀਸੀਏ ਦੇ ਵਿੱਚ ਪਹਿਲਾਂ ਇਹ ਪਾਬੰਦੀ 28 ਫਰਵਰੀ ਤੱਕ ਲਗਾਈ ਗਈ ਸੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਦਵੱਲੇ 에ਅਰ ਬੱਬਲ ਸਮਝੌਤਿਆਂ ਦੇ ਤਹਿਤ ਕਾਰਗੋ ਉਡਾਨਾਂ ਤੇ ਫਲੈਟ ਸੁਵਾਂਵਾ جاری ਰਹਿਣਗੀਆਂ ਦੱਸਣ ਜੋਗ ਹੈ ਕਿ ਭਾਰਤ ਨੇ 27 ਦੇਸ਼ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਬਹਿਰੀਨ ਬੰਗਲਾਦੇਸ਼ ਪੋਟਾਨ ਕੈਨੇਡਾ ਇਥੋਪੀਆ ਫਰਾਂਸ ਜਰਮਨੀ ਇਰਾਕ ਜਾਪਾਨ ਕੀਨੀਆ ਕਵੀਤ ਕੁਵੈਤ ਹਮਾਲਦੀਪ ਨੇਪਾਲ ਨੀਦਰਲੈਂਡ ਨਾਈਜੀਰੀਆ ਓਮਾਨ ਕਤਰ ਰਵਾਡਾ ਤੰਜ਼ਾਨੀਆ ਯੂਕਰੇਨ ਬ੍ਰਿਟਾਨੀਆ ਤੇ ਅਮਰੀਕਾ ਆਦ ਨਾਲ ਦਵੱਲਾ 에ਅਰ ਬੱਬਲ ਸਮਝੌਤਾ ਕੀਤਾ ਹੋਇਆ ਹੈ ਅਗਲੀ ਖਬਰ ਹੈ ਕਿਸਾਨਾਂ ਖਿਲਾਫ ਦਰਜ 5000 ਕੇਸ ਰੱਦ ਕਰੇਗੀ ਕੈਪਟਨ ਸਰਕਾਰ ਜਲਦੀ ਹੋ ਸਕਦਾ ਐਲਾਨ ਤਾਂ ਦੋਸਤੋ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਕੇ ਸਾਹਮਣੇ ਆਈ ਹੈ ਇੱਕ ਪਾਸੇ ਜਿੱਥੇ ਸਰਕਾਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰ ਰਹੀ ਹੈ ਦੂਜੇ ਪਾਸੇ ਸਰਕਾਰ ਨੇ ਕਿਸਾਨਾਂ ਤੇ ਦਰਜ ਕੀਤੇ ਕਈ ਸਾਲ ਪੁਰਾਣੇ ਕੇਸਾਂ ਨੂੰ ਰੱਦ ਕਰਨ ਦੀਆਂ ਤਿਆਰੀਆਂ ਵੀ ਕਰ ਰਹੀ ਹੈ ਅਗਲੀ ਖਬਰ ਹੈ ਪੈਟਰੋਲੀਅਮ ਮੰਤਰੀ ਤਰਮਿੰਦਰ ਪ੍ਰਧਾਨ ਦਾ ਬਿਆਨ ਸਰਦੀਆਂ ਕਾਰਨ ਈਦਨ ਦੀਆਂ ਕੀਮਤਾਂ ਵਧੀਆਂ ਹੁਣ ਕੀਮਤਾਂ ਢੇਠਾਂ ਆਉਣਗੀਆਂ ਤਾਂ ਦੋਸਤੋ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਤਰਮਿੰਦਰ ਪ੍ਰਧਾਨ ਨੇ ਪੈਟਰੋਲੀਅਮ ਉਤਪਾਦਾਂ ਦੀਆਂ ਵੱਧੀਆਂ ਕੀਮਤਾਂ ਬਾਰੇ ਇੱਕ ਬਿਆਨ ਦਿੱਤਾ ਹੈ। ਅਸਮਾਨੀ ਚੜੀਆਂ ਕੀਮਤਾਂ ਬਾਰੇ ਉਹਨਾਂ ਨੇ ਕਿਹਾ ਕਿ ਸਰਦੀਆਂ ਖਤਮ ਹੋ ਰਹੀਆਂ ਨੇ ਤਾਂ ਈਦਨ ਦੀ ਮੰਗ ਵੀ ਘਟ ਜਾਵੇਗੀ। ਕੀਮਤਾਂ ਵੀ ਘਟਣਗੀਆਂ। ਕੁਝ ਸ਼ਹਿਰਾਂ ਦੇ ਵਿੱਚ ਪੈਟਰੋਲ ਦੀ ਕੀਮਤ 100 ਰੁਪਏ ਪ੍ਰਤੀ ਲੀਟਰ ਤੱਕ ਪੁੱਜ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਖਬਰ ਏਜੰਸੀ ਏਐਨਆਈ ਨੂੰ ਕੀਤਾ ਹੈ। ਅਗਲੀ ਖਬਰ ਹੈ ਦੁੱਧ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਬਾਗ ਟੈਕਸ ਜੋੜਨ ਦਾ ਐਲਾਨ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਹਸਾਰ ਜ਼ਿਲ੍ਹੇ ਦੇ ਨਾਰਨੌਲ ਦੇ ਵਿੱਚ ਸਤਰੋਲ ਖਾਪ ਦੀ ਇੱਕ ਅਹਿਮ ਬੈਠਕ ਹੋਈ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਹੁਣ ਪਿੰਡ ਦਾ ਕਿਸਾਨ ਆਪਣੇ ਦੁੱਧ ਦੀ ਕੀਮਤ ਖੁਦ ਤੈਅ ਕਰੇਗਾ ਪਹਿਲੀ ਮਾਰਚ ਤੋਂ ਕਿਸਾਨ ਡੈਰੀ ਅਤੇ ਦੁੱਧ ਕੇਂਦਰਾਂ ਨੂੰ 100 ਰੁਪਏ ਪ੍ਰਤੀ ਲੀਟਰ ਕਿਲੋ ਦੇ ਹਿਸਾਬ ਨਾਲ ਵੇਚਿਆ ਜਾਵੇਗਾ ਤੇ ਦੋਸਤੋ ਏਸੀ ਅੱਜ ਸਵੇਰ ਦੀਆਂ ਤਾਜ਼ਾ ਤੇ ਮੁੱਖ ਵੱਡੀਆਂ ਖਬਰਾਂ ਤੁਸੀਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਬਣੇ ਬੈਲ ਨੂੰ ਵੀ ਦਵਾ ਦਿਓ ਜਿਸ ਨਾਲ ਤੁਹਾਨੂੰ ਇਸੇ ਤਰ੍ਹਾਂ ਦੀਆਂ ਆਉਣ ਵਾਲੀਆਂ ਨਵੀਆਂ ਤੇ ਤਾਜ਼ਾ ਖਬਰਾਂ ਦਾ ਸਭ ਤੋਂ ਪਹਿਲਾਂ ਪਤਾ ਲੱਗਦਾ ਰਹੂਗਾ ਤਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਪਿਆਰ ਕਰਨਾ ਜਾਂ ਛੁਡਵਾਣਾ ਵਸ਼ਿਕਰਨ ਲਵ ਮੈਰਿਜ ਦੇਮੀ ਨੂੰ ਮਨਾਉਣਾ ਘਰ ਵਾਲੇ ਮਨਾਉਣਾ પતિ ਪਤਨੀ ਵਿੱਚ ਝਗੜਾ ਆਪਸੀ ਅਣਬਣ ਸੱਸ ਨੂੰ ਦਾ ਝਗੜਾ ਕਿਸੇ ਦਾ ਬੇਟਾ ਕਿਸੇ ਦੂਸਰੇ ਦੇ ਕਹਿਣਚ ਹੈ ਜਾਂ ਕਿਸੇ ਦੀ ਧੀ ਕਿਸੇ ਦੂਸਰੇ ਦੇ ਕਹਿਣਚ ਹੈ ਪ੍ਰੇਮੀ ਪ੍ਰੇਮ ਕਾਚ ਅਣਬਣ ਵਿਦੇਸ਼ ਯਾਤਰਾ ਲੋਟਰੀ ਸਪੈਸ਼ਲਿਸਟ ਕਿਸੇ ਵੀ ਸਮੱਸਿਆ ਦੇ ਲਈ ਫੋਨ ਕਰੋ ਹਰ ਸਮੱਸਿਆ ਦਾ ਸਮਾਧਾਨ ਸਿਰਫ 3 ਘੰਟੇ ਵਿੱਚ ਵਿਸ਼ਵ ਪ੍ਰਸਿੱਧ ਬਾਬਾ ਹਰਦੀਪ ਜੀ ਗੋਲਡ ਮੈਡਲਿਸਟ ਨੂੰ ਫੋਨ ਕਰੋ ਜਿਨ੍ਹਾਂ ਦਾ ਨੰਬਰ ਹੈ 09592471407 ਤੇ ਦੇਰ ਕਿਸ ਕਾਲ ਦੀ ਹੁਣੇ ਬਾਬਾ ਹਰਦੀਪ ਜੀ ਨੂੰ ਕਾਲ ਲਗਾਓ ਸਮਾਧਾਨ ਪਾਓ ਜਿਨ੍ਹਾਂ ਦਾ ਨੰਬਰ ਹੈ 09592471407